हाँ जी मंजीत कौर जी, कदों होया सी थोड़ा मिनी गैस्ट्रिक बाईपास? मेरा होया सी 2011 च। अच्छा, दिसंबर 2011। हाँ, दिसंबर 2011। किन्ना भार सी थोड़ा? वो तो मेरा 117 सी। ते आज किन्ना? आज हुण वेख लो तुसी, दसो किन्ना? 90 किलो। हाँ, 90 किलो। 90 किलो रह गया। ओके, किन्ना घट गया? 25 किलो। 25 भार घट गया ना थोड़ा? 25 घट गया। की दिक्कत आती सी ऑपरेशन तो पहला? मैं तो जी तुरन फिर तो तंग सी बहुत। अच्छा, बीपी वधदा सी। ਬਾਕੀ ਮਤਲਬ ਬਹੁਤ ਤੰਗ ਸੀ ਮੈਂ। ਸ਼ੂਗਰ ਦੀ ਪ੍ਰੋਬਲਮ ਸੀ? ਹਾਂ, ਨਹੀਂ ਸ਼ੂਗਰ ਨਹੀਂ ਹੈਗੀ। ਅਤੇ ਬਾਕੀ ਥੋੜ੍ਹੀ ਹਾਰਟ ਦੀ ਪ੍ਰੋਬਲਮ ਆਈ ਸੀ ਅਤੇ ਤੁਰਨ ਫਿਰਨ ਤੋਂ ਬਹੁਤ ਤੰਗ ਸੀ। ਇਸ ਆਪਰੇਸ਼ਨ ਤੋਂ ਬਾਅਦ ਤੁਹਾਨੂੰ ਕਦੇ ਕੋਈ ਉਲਟੀ ਦੀ ਪ੍ਰੋਬਲਮ ਆਈ? ਨਹੀਂ, ਉਲਟੀ ਦੀ ਨਹੀਂ ਆਈ। ਕੋਈ ਉਲਟੀ ਦੀ ਪ੍ਰੋਬਲਮ ਨਹੀਂ ਆਈ? ਅਤੇ ਮੈਂ ਤੁਹਾਨੂੰ ਇਹ ਪੁੱਛਣਾ ਸੀਗਾ, ਅਤੇ ਡਾਇਟ ਕਿਵੇਂ ਲੈਂਦੇ ਹੋ ਤੁਸੀਂ? 1 ਸਾਲ ਪੂਰਾ ਹੋ ਗਿਆ ਜਿਵੇਂ ਤੁਹਾਡਾ ਆਪਰੇਸ਼ਨ ਹੋਇਆ। ਹਾਂਜੀ, ਮੈਂ 4 ਫੁਲਕੇ ਲੈ ਲੈਂਦੀ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ। ਅੱਛਾ ਜੀ। ਬਾਕੀ 2 ਟਾਈਮ ਦੁੱਧ ਲੈ ਲੈਂਦੀ ਹਾਂ। ਹੁਣ ਜਦੋਂ ਦੀ ਮਾੜੀ ਮੋਟੀ ਸਰਦੀ ਹੋਈ ਹੈ, ਲੱਸੀ ਅਤੇ ਦਹੀਂ ਬੰਦ ਕੀਤਾ ਹੋਇਆ ਹੈ। ਅਤੇ ਬਾਕੀ ਸੇਬ ਲੈ ਲਿਆ, ਕੋਈ ਸੰਤਰਾ ਲੈ ਲਿਆ, ਇਹੋ ਜਿਹਾ ਵੀ ਰਾਸ ਬਿਸਕੁਟ ਥੋੜ੍ਹਾ ਥੋੜ੍ਹਾ ਮਤਲਬ ਲਈ ਜਾਣਾ। ਕੋਈ ਕਮਜ਼ੋਰੀ ਮਹਿਸੂਸ ਹੁੰਦੀ? ਨਹੀਂ, ਮੈਨੂੰ ਬਿਲਕੁਲ ਕੋਈ ਕਮਜ਼ੋਰੀ ਨਹੀਂ ਹੈ। ਜਿਵੇਂ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਤੁਸੀਂ ਆਪਣੇ ਮੈਡੀਸਨ ਲਈ ਜਾਂਦੇ, ਜਿਵੇਂ ਅਲਟਰਾ ਮਲਟੀਵਿਟਾਮਿਨ ਕੈਲਸ਼ੀਅਮ ਸਾਰੇ ਲੈ ਰਹੇ ਹਾਂ। ਸਭ ਕੁਝ ਲਈ ਜਾਂਦੇ? ਹਾਂਜੀ, ਉਹ ਲਈ ਜਾਂਦੇ ਹਾਂ। ਠੀਕ ਹੈ ਜੀ। ਅਤੇ ਟੈਸਟ ਵੀ ਕਰਵਾਏ ਜਾਂਦੇ? ਟੈਸਟ ਇਹਨੇ ਕਰਵਾਇਆ ਸੀ ਉੱਥੋਂ ਖੂਨ ਦਾ, ਬਾਕੀ ਉੱਥੋਂ ਮੈਂ ਪਿੰਡੋਂ ਕੋਈ ਟੈਸਟ ਨਹੀਂ ਕਰਵਾਇਆ। ਅਤੇ ਬਲੱਡ ਪ੍ਰੈਸ਼ਰ ਕਿੱਦਾਂ ਰਹਿੰਦਾ ਤੁਹਾਡਾ? ਬਲੱਡ ਪ੍ਰੈਸ਼ਰ ਮੇਰਾ ਠੀਕ ਹੈ, ਵੈਸੇ ਠੀਕ ਰਹਿੰਦਾ। ਅਤੇ ਮੈਡੀਸਨ ਲੈਂਦੇ ਤੁਸੀਂ? ਹਾਂ, ਉਹ ਗੋਲੀ ਇੱਕ ਰੋਜ਼ ਲੈ ਰਹੀ। ਹਾਂਜੀ, ਇੱਕ ਗੋਲੀ। ਠੀਕ ਹੈ।